ਤੁਸੀਂ ਦੇਖ ਸਕਦੇ ਹੋ ਕਿ ਇਹ ਡੈਡ ਬੋਡੀ ਦੀਪ ਸਿੱਧੂ ਦੀ ਉਹਨਾਂ ਨੂੰ ਦੇਖਣ ਦੇ ਲਈ ਉਹਨਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਵਿੱਚ ਪੂਰੀ ਇੱਕ ਝਲਕ ਪਾਉਣ ਦੇ ਲਈ ਕਿਵੇਂ ਦੇਖੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਤੁਹਾਨੂੰ ਦੱਸਦੇ ਕਿ ਸੜਕ ਹਾਦਸੇ ਦੇ ਵਿੱਚ ਦੀਪ ਸਿੱਧੂ ਦੀ ਮੌਤ ਹੋ ਗਈ ਸੀਗੀ ਤਾਂ ਹੁਣ ਦੀਪ ਸਿੱਧੂ ਜ਼ਿੰਦਾਬਾਦ ਦੇ ਨਾਰੇ ਲੱਗ ਰਹੇ ਨੇ ਦੀਪ ਸਿੱਧੂ ਦਾ ਕਿਸਾਨੀ ਸੰਘਰਸ਼ ਦੇ ਵਿੱਚ ਵੱਡਾ ਯੋਗਦਾਨ ਸੀ ਬਾਬਾ ਜੀ ਕਿਵੇਂ ਦੇਖਦੇ ਹੋ ਅੱਜ ਹਰ ਇੱਕ ਅੱਜ ਹਰ ਅੱਖ ਦੇ ਵਿੱਚ ਹੰਝੂ ਨੇ ਕਿਵੇਂ ਦੇਖਦੇ ਨੇ ਬਾਈ ਜੀ ਅੱਜ ਜਿਹੜੀ ਦੀਪ ਸਿੱਧੂ ਦੀ ਇਹ ਬੇਵਕਤ ਜਿਹੜੀਆਂ ਕਬੇੜੀਆਂ ਤੇ ਬੇਵਕਤ ਮੌਤਾਂ ਹੁੰਦੀਆਂ ਨੇ ਉਹ ਖੱਪੇ ਪਾ ਦਿੰਦੀਆਂ ਨੇ ਦੀਪ ਸਿੱਧੂ ਦੀ ਮੌਤ ਇਹ ਖੱਪਾ ਪਾ ਗਈ ਹੈ ਜਿਹੜਾ ਕਦੇ ਪੂਰਿਆ ਨਹੀਂ ਜਾ ਸਕਦਾ ਬਿਲਕੁਲ ਬਾਬਾ ਜੀ ਕਹਿੰਦੇ ਕਿ ਇਹ ਉਹ ਜ਼ਖਮ ਹੈ ਜਿਹੜਾ ਕਦੀ ਵੀ ਦਿਲ ਤੋਂ ਮਿਟਾਇਆ ਨਹੀਂ ਜਾ ਸਕਦਾ ਸੋ ਤਰੀਕੇ ਪਿੰਡ ਦੇ ਵਿੱਚ ਅਸੀਂ ਦੀਪ ਸਿੱਧੂ ਦੀ ਜਿਹੜੀ ਡੈੱਡ ਬੋਡੀ ਹੈ ਹੁਣੀ ਘਰ ਉਹਨਾਂ ਦੇ ਬਾਹਰ ਪਹੁੰਚੀ ਹੈ ਤੇ ਇੱਕ ਵੱਡਾ ਕਾਫਲਾ ਸੰਗਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀ ਹੈ ਉਹਨਾਂ ਦੀ ਇੱਕ ਝਲਕ ਪਾਉਣ ਦੇ ਲਈ ਦੀਪ ਸਿੱਧੂ ਜ਼ਿੰਦਾਬਾਦ ਦੀਪ ਸਿੱਧੂ ਅਮਰ ਰਹੇ ਇਹਨਾਂ ਨਾਰਿਆਂ ਦੇ ਵਿਚਾਲੇ ਦੀਪ ਸਿੱਧੂ ਦੀ ਡੈੱਡ ਬੋਡੀ ਨੂੰ ਇੱਥੇ ਤਰੀਕੇ ਪਿੰਡ 'ਚ ਲਿਆਂਦਾ ਗਿਆ ਹੈ ਕੁਝ ਹੀ ਸਮੇਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਹੋਏਗਾ ਪਰ ਉਸ ਤੋਂ ਪਹਿਲਾਂ ਅੰਤਿਮ ਦਰਸ਼ਨਾਂ ਦੇ ਲਈ ਤੁਸੀਂ ਦੇਖ ਸਕਦੇ ਹੋ ਕਿ ਫੁੱਲ ਸੁੱਟ ਕੇ ਉਹਨਾਂ ਦੇ ਨਾਲ ਆਪਣਾ ਜਿਹੜਾ ਪਿਆਰ ਹੈ ਉਹ ਜ਼ਾਹਰ ਕੀਤਾ ਜਾ ਰਿਹਾ ਹੈ ਵਿਸ਼ਾਲ ਤਸਵੀਰਾਂ ਦਿਖਾਓ ਤੁਸੀਂ ਕਿ ਕਿਸ ਤਰੀਕੇ ਹਰ ਇੱਕ ਅੱਖ ਨਮ ਹੈ ਬਾਈ ਤੁਸੀਂ ਲਿਖਿਆ ਕੌਮੀ ਸ਼ਹੀਦ ਦੀਪ ਸਿੱਧੂ ਅਮਰ ਰਹੇ ਇਹ ਰੂਹ ਹਮੇਸ਼ਾ ਅਮਰ ਰਹੇਗੀ ਮਨਾਂ ਦੇ ਬਿਲਕੁਲ ਰਹੇਗੀ ਵੀਰੇ ਬਿਲਕੁਲ ਹਰ ਇੱਕ ਅੱਖ ਨਮ ਹੈ ਦੀਪ ਸਿੱਧੂ ਦੀਆਂ ਗੱਲਾਂ ਵਾਰ ਵਾਰ ਯਾਦ ਆ ਰਹੀਆਂ ਨੇ ਲੋਕ ਵੀ ਕਰ ਰਹੇ ਨੇ ਫੇਸਬੁੱਕ ਤੇ ਵੀ ਲਿਖ ਰਹੇ ਨੇ ਬਿਲਕੁਲ ਜੀ ਦੀਪ ਸਿੱਧੂ ਦੇ ਵਿੱਚ ਲੋਕਾਂ ਨੂੰ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੇਖਦੇ ਸੀ ਸੋ ਇੱਕ ਕ੍ਰਾਂਤੀਕਾਰੀ ਲੀਡਰ ਸੀਗੇ ਇੱਕ ਵੱਡੀ ਸੋਚ ਜਿਹੜੀ ਯੂਥ ਦੇਖਦਾ ਸੀਗਾ ਉਹਨਾਂ ਦੇ ਵਿੱਚ ਤਾਂ ਵਿਸ਼ਾਲ ਇੱਕ ਵਾਰੀ ਦਿਖਾਓ ਕਿਉਂਕਿ ਜਿਹੜੇ ਲੋਕ ਇੱਥੇ ਪਹੁੰਚ ਨਹੀਂ ਸਕੇ ਦੀਪ ਸਿੱਧੂ ਨੂੰ ਇੱਕ ਵਾਰ ਦੇਖਣਾ ਚਾਹੁੰਦੇ ਹੈ ਤਰੀਕੇ ਤੋਂ ਉਹ ਤਰੀਕੇ ਤੋਂ ਇਹ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਦੀਪ ਸਿੱਧੂ ਦੇ ਜਿਹੜੀ ਡੈੱਡ ਬੋਡੀ ਹੈ ਉਹ ਉਹਨਾਂ ਦੇ ਘਰ ਦੇ ਕੋਲ ਪਹੁੰਚੀ ਹੈ ਖਾਲਸਾਈ ਝੰਡੇ ਜਿਹੜੇ ਨੇ ਉਹ ਲਹਿਰਾਏ ਜਾ ਰਹੇ ਨੇ ਫਤਿਹ ਦੇ ਨਾਰੇ ਗੂੰਜ ਰਹੇ ਨੇ ਦੀਪ ਸਿੱਧੂ ਅਮਰ ਰਹੇ ਇਹ ਨਾਰੇ ਲਗਾਤਾਰ ਉਹਨਾਂ ਦੇ ਸਮਰਥਕ ਉਹਨਾਂ ਨੂੰ ਚਾਹੁਣ ਵਾਲੇ ਲਗਾਤਾਰ ਬੋਲ ਰਹੇ ਨੇ ਤਾਂ ਦੀਪ ਸਿੱਧੂ ਦਾ ਪਿਛਲੇ ਦਿਨੀ ਸੜਕ ਹਾਦਸੇ 'ਚ ਦੇਹਾਂਤ ਹੋ ਗਿਆ ਸੀਗਾ ਅਨਿਆਈ ਮੌਤ ਹੈ ਹਾਲਾਂਕਿ ਉਹਨਾਂ ਦੀ ਇਸ ਡੈਥ ਦੇ ਉੱਤੇ ਵੀ ਕਈ ਤਰੀਕੇ ਦੇ ਸ਼ੱਕ ਜਿਹੜੇ ਲੋਕਾਂ ਵੱਲੋਂ ਖੜੇ ਕੀਤੇ ਜਾ ਰਹੇ ਨੇ ਸੋ ਆ ਸਿੱਧੀਆਂ ਤਸਵੀਰਾਂ ਤਰੀਕੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤੁਹਾਨੂੰ ਹੋਰ ਵਿਸ਼ਾਲ ਜੀ ਠੀਕ ਤਸਵੀਰਾਂ ਆ ਰਹੀਆਂ ਨੇ ਇੱਕ ਵਾਰੀ ਜੀ ਵਿਸ਼ਾਲ ਤਸਵੀਰਾਂ ਠੀਕ ਆ ਰਹੀਆਂ ਨੇ ਤੁਸੀਂ ਆਵਾਜ਼ ਸੁਣ ਰਹੇ ਹੋ ਸੋ ਇੱਕ ਵਾਰੀ ਇਹ ਜ਼ੂਮ ਇਨ ਕਰਕੇ ਦਿਖਾਓ ਕਿ ਕਿਸ ਤਰੀਕੇ ਵੱਡੀ ਗਿਣਤੀ ਦੇ ਵਿੱਚ ਇੱਥੇ ਉਹਨਾਂ ਦੇ ਚਾਹੁਣ ਵਾਲੇ ਪਹੁੰਚੇ ਨੇ ਕੌਮੀ ਸ਼ਹੀਦ ਦੀਪ ਸਿੱਧੂ ਬਈ ਅੱਜ ਹਰ ਇੱਕ ਅੱਖ ਨਮ ਹੈ ਦੀਪ ਸਿੱਧੂ ਨੂੰ ਯਾਦ ਕਰ ਰਹੀ ਹੈ ਕਦੀ ਸੋਚਿਆ ਨਹੀਂ ਸੀ ਕਿਵੇਂ ਹੋਊਗਾ ਬਿਲਕੁਲ ਵੀ ਨਹੀਂ ਤਾਂ ਵੀਰੇ ਸੋਚਿਆ ਬਹੁਤ ਅਫਸੋਸ ਵਾਲਾ ਗੱਲ ਆ ਸਾਨੂੰ ਵੀ ਜੇ ਰਾਤ ਨੂੰ 10:30 ਪਤਾ ਲੱਗ ਗਿਆ ਸਾਰੀ ਰਾਤ ਜਾਣੀ ਕਿ ਜਾਗ ਕਿਉਂ ਕੱਢੀ ਹੈ ਵੀਰੇ ਬਹੁਤ ਦੁੱਖ ਤੇ ਅਸੀਂ ਫਤਿਹਗੜ੍ਹ ਸਾਹਿਬ ਤੋਂ ਦੇਖ ਲਓ ਇੱਥੇ ਸਪੈਸ਼ਲ ਆਏ ਹਾਂ ਬਾਈ ਨੂੰ ਦੇਖਣ ਖਾਤਰਾ ਸਪੈਸ਼ਲ ਇੱਥੇ ਆਏ ਹਾਂ 20 ਬਾਈ ਜਾਣੇ ਆਏ ਹਾਂ ਪਿੰਡ ਦੇ ਅਸੀਂ ਮੁੰਡੇ ਇਕੱਠੇ ਹੋ ਕੇ ਹੋਰ ਵੀਰੇ ਬਹੁਤ ਦੁੱਖ ਹੋਇਆ ਉਹਨਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕਰਦੇ ਹੋ ਹਾਂ ਵੀਰੇ ਹਾਂ ਹਮੇਸ਼ਾ ਹੁਣ ਤਾਂ ਸਦਾ ਲਈ ਉਹ ਯਾਦ ਕਰਕੇ ਰੱਖਣਾ ਪਿਆ ਕਰੂਗਾ ਬਾਈ ਬਹੁਤ ਦੁੱਖ ਹੋਇਆ ਵੀਰੇ ਬਹੁਤ ਦੁੱਖ ਹੋਇਆ ਤੁਸੀਂ ਦੇਖ ਸਕਦੇ ਹੋ ਖਾਸ ਕਰ ਯੂਥ ਇੱਥੇ ਪਹੁੰਚਿਆ ਕਿਉਂਕਿ ਯੂਥ ਲੀਡਰ ਸੀਗੇ ਬੀਬੀ ਜੀ ਤੁਹਾਡੀਆਂ ਅੱਖਾਂ ਨਮ ਨੇ ਬਹੁਤ ਵੱਡਾ ਯੋਗਦਾਨ ਸੀ ਦੀਪ ਦਾ ਸੋ ਇਹ ਇੰਨਾ ਮਨ ਭਰਿਆ ਕਿ ਕੋਈ ਸ਼ਬਦ ਵੀ ਨਹੀਂ ਮਨ ਦੇ ਵਿੱਚ ਆ ਰਹੇ ਸੋ ਕੁਝ ਹੀ ਸਮੇਂ ਬਾਅਦ ਦੀਪ ਸਿੱਧੂ ਉਹਨਾਂ ਦਾ ਸੰਸਕਾਰ ਹੋਵੇਗਾ ਕਿਉਂਕਿ ਹੁਣੇ ਤਰੀਕੇ ਉਹਨਾਂ ਦੀ ਬੋਡੀ ਪਹੁੰਚੀ ਹੈ ਅਤੇ ਉਹਨਾਂ ਨੂੰ ਇੱਕ ਵਾਰ ਦੇਖਣ ਵਾਲਿਆਂ ਦੇ ਮਨ ਦੇ ਵਿੱਚ ਵੀ ਹੈ ਕਿ ਇੱਕ ਵਾਰੀ ਅੰਤਿਮ ਦਰਸ਼ਨ ਕਰ ਲਏ ਜਾਣ ਇਹ ਵੱਡੀ ਗਿਣਤੀ 'ਚ ਸੰਗਤ ਪਹੁੰਚੀ ਹੈ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਇੱਕ ਝਲਕ ਪਾਉਣ ਦੇ ਲਈ ਆਪਣੇ ਇਸ ਲੀਡਰ ਦੇ ਲਈ ਸੋ ਹਰ ਇੱਕ ਅਪਡੇਟ ਤੁਹਾਨੂੰ ਅਸੀਂ ਦਿੰਦੇ ਰਹਾਂਗੇ ਤੁਸੀਂ ਅੱਖਰ ਦੇ ਨਾਲ ਜੁੜੇ ਰਹੋ ਫਿਲਹਾਲ ਦੀ ਅਪਡੇਟ ਇਹ ਹੈ ਕਿ ਦੀਪ ਸਿੱਧੂ ਨੂੰ ਤਰੀਕੇ ਪਿੰਡ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੁਣੀ ਪਹੁੰਚੀ ਹੈ ਕੁਝ ਸਮੇਂ ਬਾਅਦ ਸੰਸਕਾਰ ਹੋਏਗਾ ਉਹਨਾਂ ਨੂੰ ਚਾਹੁਣ ਵਾਲੇ ਇੱਥੇ ਪਹੁੰਚੇ ਨੇ ਦੀਪ ਸਿੱਧੂ ਜ਼ਿੰਦਾਬਾਦ ਦੇ ਨਾਰੇ ਲੱਗ ਰਹੇ ਨੇ ਦੀਪ ਸਿੱਧੂ ਅਮਰ ਰਹੇ ਇਹੋ ਜਿਹੇ ਨਾਰੇ ਲੱਗ ਰਹੇ ਨੇ
ਤਾਂ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਆਪਣੇ ਸਹਿਯੋਗੀ ਵਿਸ਼ਾਲ ਦੇ ਨਾਲ ਕਰਨ ਸ਼ਰਮਾ ਅੱਖਰ ਦੇ ਲਈ।